लुट दी नीयत नाल 60 साला व्यक्ति नू अनपछातिया ने चाकू मार के गंभीर रूप विच जख्मी कर दिता। अस्पताल जांदे समय रस्ते विच ही हो गई मौत। जिले गुरदासपुर अंदर लुटखो ते चोरी दिया वारदाता लगातार वधदिया जा रही है। ताजा मामला गुरदासपुर दे हलका कादिया तो सामने आया है, जिथे लुट दी नीयत नाल एक 60 साला व्यक्ति बलविंदर सिंह नू कुछ अनपछाते व्यक्तियां ने चाकू मार मार के गंभीर रूप विच जख्मी कर दिता। अते हस्पताल ले जांदे समय व्यक्ति ने रस्ते विच ही दम तोड़ दिता। फिलहाल पुलिस ने मामला दर्ज करके जांच पड़ताल शुरू कर दी है। जीवीसी अपडेट के लिए गुरदासपुर तो अवतार सिंह की रिपोर्ट। आऊंगा रिपोर्ट च जो भी ਕੋਸਵਾਣਾ ਕੋਰਟ ਜਾਊਗਾ ਨਾ ਮੈਂ ਤੇਜ਼ ਧਾਰ ਹਥਿਆਰ ਫਿਰ ਮੈਂ ਘੰਟਾ ਕਿ ਇਹਨਾਂ ਨੂੰ ਡੇਕਿਆ ਕਿ ਘਰ ਨਹੀਂ ਇਹ ਆਏ ਮੈਂ ਡੀਕ ਡਾਕੀ ਤੇ ਫਿਰ ਬੱਚੇ ਹੀ ਇੱਥੇ ਸਾਡੇ ਘਰ ਭੈਣ ਦੇ ਜਿਹੜੇ ਆਏ ਜਿਹਨਾਂ ਦੀ ਸਕੂਟਰੀ ਸਰ ਸੁਣਤੇ ਇੱਥੋਂ ਮਤਲਬ ਘਰੋਂ ਗਏ ਬਾਹਰ ਤਾਂ ਕਹਿੰਦੇ ਵੀ ਮੈਂ ਆਪਣੀ ਦੇਵੀ ਦੇ ਘਰ ਚੱਲਿਆ ਪਰ ਉਹਨਾਂ ਦੇ ਘਰ ਗਏ ਨਹੀਂ ਫਿਰ ਮਤਲਬ ਇੱਥੋਂ ਆ ਨਿਕਲੇ ਤੇ ਇਹ ਖਾਲੇ ਰੋਡ ਨੂੰ ਚੱਲ ਗਏ ਉਹ ਰਸਤੇ ਵਿੱਚ ਹੀ ਕੋਈ ਇਹਨੂੰ ਬੰਦੇ ਸਕੂਟਰੀ ਖੋਣ ਪੈ ਗਏ ਇਹ ਕਰਕੇ ਇਹਦੇ ਨਾਲ ਪਹਿਲਾਂ ਘੁੜੇ ਘੜੇ ਹੋਣਗੇ ਜਿਸ ਤਰ੍ਹਾਂ ਵੀ ਇਹਦੇ ਕੋਲ ਸਕੂਟਰੀ ਖੋਂਦੇ ਇਹਨੇ ਸਕੂਟਰੀ ਨਹੀਂ ਦਿੱਤੀ ਤੇ ਇਹਦੇ ਹੱਥ ਧੋਤੇ ਨੇ ਮਤਲਬ ਉਹਨਾਂ ਚਾਕੂ ਮਾਰਤੇ ਇਹਦੇ ਵਿੱਚ ਕਿੰਨੀ ਉਮਰ ਸੀ ਉਹਨਾਂ ਦੀ ਇਹਨਾਂ ਦੀ ਉਮਰ ਹੈ 60 ਸਾਲ ਦੀ ਜਿਸ ਤਰ੍ਹਾਂ ਲੁੱਟਾ ਖੋਹਾਂ ਹੋ ਰਹੀਆਂ ਕਿ ਪ੍ਰਸ਼ਾਸਨ ਨੂੰ ਮੰਗ ਕਰਦੇ ਇਹ ਹੋਈ ਹੈ ਕਿ ਅੱਜ ਕੱਲ੍ਹ ਬਹੁਤ ਲੁੱਟਾ ਖੋਹਾਂ ਵਾਲੇ ਬੰਦੇ ਬਹੁਤ ਜ਼ਿਆਦਾ ਹੋ ਚੁੱਕੇ ਆ ਅਤੇ ਇਹਨਾਂ ਦੀ ਤਾਂ ਇਹ ਹੋਈ ਹੈ ਵੀ ਇਹਨਾਂ ਦਾ ਜੇਕਰ ਕਿਸ ਤਰ੍ਹਾਂ ਵੀ ਪਤਾ ਲੱਗੇ ਤੇ ਇਹਨਾਂ ਨੂੰ ਉਹਦੀ ਸਜ਼ਾ ਦਿੱਤੀ ਜਾਵੇ।